ਵਾਹਿਗੁਰੂ ਜੀ ਕਾ ਖਾਲਸਾ ਮਹਾਬਲੀ ਯੋਧੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਕਾਰ ਖਾਲਸਾ ਦੇ ਦਰਬਾਰੇ ਆਮ ਵਿੱਚ ਇੱਕ ਦੁਖਿਆਰੀ ਮਾਤਾ ਫਰਿਆਦ ਲੈ ਕੇ ਹਾਜ਼ਰ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਨਸਾਫ ਦੇ ਦਾਤਾ ਤੁਹਾਡੀ ਤਕਲੀਫ ਪੁੱਛਦੇ ਨੇ। ਇਸ ਬੇਦਾਤੀ ਨੇ ਮੇਰੇ ਬੱਚੇ ਦਾ ਕਤਲ ਕਰਤਾ, ਮੇਰੇ ਜਿਗਰ ਦੇ ਟੁਕੜੇ ਨੂੰ ਚਾਟਾ ਮਾਰਤਾ। ਮੈਂ ਸੁੱਤੀ ਗਈ, ਮੈਂ ਲੁੱਟੀ ਗਈ, ਮੇਰਾ ਕੱਲਾ ਕੱਲਾ ਪੁੱਤ ਮਾਰਤਾ, ਮੇਰਾ ਕੱਲਾ ਕੱਲਾ। ਤੁਹਾਨੂੰ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ? ਇਸ ਕੁੱਤੇ ਕਮੀਨੇ ਨੂੰ ਚਾੜੀ ਮਾਰ ਦੋ, ਇਸ ਕੁੱਤੇ ਕਮੀਨੇ ਨੂੰ ਫਾਂਸੀ ਦੀ ਸਜ਼ਾ ਦੇ ਦੋ, ਇਸ ਕੁੱਤੇ ਕਮੀਨੇ ਨੂੰ ਫਾਂਸੀ ਦੀ ਸਜ਼ਾ ਦੇ ਦੋ। ਸ਼ੇਰੇ ਪੰਜਾਬ ਨੇ ਫਾਂਸੀ ਦੀ ਸਜ਼ਾ ਖਤਮ ਕੀਤੀ ਹੈ, ਮੌਤ ਦੀ ਸਜ਼ਾ ਖਤਮ ਕੀਤੀ ਹੈ। ਮੈਨੂੰ ਮੇਰਾ ਬੱਚਾ ਚਾਹੀਦਾ, ਮੈਨੂੰ ਮੇਰਾ ਬੱਚਾ ਦੇ ਦੋ, ਮੈਨੂੰ ਮੇਰਾ ਬੱਚਾ ਗੱਲ ਦਾ ਫੈਸਲਾ ਸ਼ੇਰ ਪੰਜਾਬ ਆਪ ਹੀ ਕਰਨਗੇ। ਤੁਹਾਡਾ ਬੱਚਾ ਇਸ ਦੁਨੀਆਂ ਚ ਵਾਪਸ ਨਹੀਂ ਆ ਸਕਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਗਰ ਤੁਹਾਡਾ ਬੇਟਾ ਬਣ ਜਾਏ, ਸ਼ੇਰੇ ਪੰਜਾਬ ਮੇਰਾ ਬੇਟਾ ਅਗਰ ਕਿਸੇ ਨੂੰ ਮਾਰਨਾ ਹੈ ਗਊ ਗਰੀਬ ਮਜ਼ਲੂਮਾਂ ਦੀ ਰੱਖਿਆ ਲਈ ਮਾਰੋ, ਦੁਸ਼ਮਣ ਨੂੰ ਮਾਰੋ ਮੈਦਾਨੇ ਜੰਗ ਵਿੱਚ ਮਾਰੋ, ਇਸ ਨੂੰ ਸਰਕਾਰੀ ਖਾਲਸਾ ਦੀ ਸੈਨਾ ਵਿੱਚ ਸੇਵਾ ਲਈ ਭੇਜ ਦਿੱਤਾ ਜਾਏ। Thank you.
ਸਰਕਾਰੇ ਖਾਲਸਾ ਦੇ ਹੁਕਮ ਅਨੁਸਾਰ ਨੂਰਉਦੀਨ ਨੂਰ ਕਿਤਾਬਚਾ ਲੈ ਕੇ ਹਾਜ਼ਰ ਹੈ। ਆਪ ਜੀ ਦੀਆਂ ਹਦਾਇਤਾਂ ਅਨੁਸਾਰ ਸਾਰੇ ਦੇਸ਼ ਪੰਜਾਬ ਵਿੱਚ ਦੂਰ ਦੂਰ ਤੱਕ ਘਰ ਘਰ ਵਿੱਦਿਆ ਦਾ ਚਾਨਣ ਪਹੁੰਚਾਉਣ ਲਈ ਨੂਰ ਕਿਤਾਬਚਾ ਤਿਆਰ ਕੀਤਾ ਗਿਆ। ਇਸ ਨੂੰ ਦੇਸ਼ ਪੰਜਾਬ ਵਿੱਚ ਲਾਗੂ ਕਰਨ ਲਈ ਸਰਕਾਰੇ ਖਾਲਸਾ ਵੱਲੋਂ ਆਗਿਆ ਦਿੱਤੀ ਜਾਵੇ। ਮਹਾਰਾਜਾ ਰਣਜੀਤ ਸਿੰਘ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਦੇਸ਼ ਪੰਜਾਬ ਦੇ ਪੰਜ ਦਰਿਆਵਾਂ ਦੇ ਬੱਚੇ ਬੱਚੇ ਨੂੰ ਪੜ੍ਹਾਇਆ ਜਾਵੇ। ਇਸ ਲਈ ਉਹਨਾਂ ਨੇ ਕਾਇਦਾ ਪ੍ਰਣਾਲੀ ਤਿਆਰ ਕੀਤੀ। ਇਤਿਹਾਸਕਾਰ ਲਿਟਨਰ ਅਨੁਸਾਰ 1881 ਈਸਵੀ ਵਿੱਚ ਪੰਜਾਬ ਦੁਨੀਆ ਦਾ ਸਭ ਤੋਂ ਪੜ੍ਹਿਆ ਲਿਖਿਆ ਸਥਾਨ ਮੰਨਿਆ ਗਿਆ। ਫਕੀਰ ਨੂਰਉਦੀਨ ਨੇ ਨੂਰ ਨਾਮਕ ਕਾਇਦਾ ਜਾਂ ਕਿਤਾਬਚਾ ਤਿਆਰ ਕੀਤਾ ਜਿਸ ਨੇ ਗੁਰਮੁਖੀ, ਸ਼ਾਹਮੁਖੀ, ਉਰਦੂ ਅਤੇ ਫਾਰਸੀ ਦੀਆਂ ਮੁੱਖ ਭਾਸ਼ਾਵਾਂ ਵਿੱਚ ਮੁੱਢਲੇ ਅੱਖਰਾਂ ਅਤੇ ਮੁੱਢਲੀਆਂ ਲਿਖਤਾਂ ਨੂੰ ਲਿਖਣ ਵਿੱਚ ਮਦਦ ਕੀਤੀ। ਇਸ ਕਿਤਾਬ ਦੇ ਵਿੱਚ ਸਰਲ ਅਤੇ ਰੋਜ਼ਾਨਾ ਗਣਿਤ ਦਾ ਇੱਕ ਬੁਨਿਆਦੀ ਕੋਰਸ ਵੀ ਸ਼ਾਮਿਲ ਕੀਤਾ ਗਿਆ। ਪੰਚਾਇਤਾਂ ਨੂੰ ਸਖ਼ਤ ਹਦਾਇਤਾਂ ਸੀ ਕਿ ਉਹ ਆਪ ਵੀ ਪੜ੍ਹਨ ਅਤੇ ਘਰ ਘਰ ਤੱਕ ਵਿੱਦਿਆ ਦਾ ਪ੍ਰਸਾਰ ਕਰਨ ਅਤੇ ਵਿੱਦਿਆ ਦਾ ਚਾਨਣ ਦੂਰ ਦੂਰ ਤੱਕ ਪਹੁੰਚਾਇਆ ਜਾਵੇ। ਪੰਚਾਇਤਾਂ ਲੰਬੜਦਾਰਾਂ ਅਤੇ ਆਮ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਸਾਰੇ ਲੋਕ